मित्रों आ वीडियो देख के तुसी ऐ ना कहदे भी वीडियो पुरानी है, पता नहीं तो ये अपना कणक दे नाड़ दा नीरा बनी जांदा। ना ना बई भुलेखा थोनू, यह बई जीरी वाला जिहड़ा अपना फूस हुंदा उहदा नीरा करी जांदे आ पतंदरा। हुण दी वीडियो इह आपां गल्लां करांगे बई नाल भी किवें बई नूं आउड़ी आ, किवें बई दा इधर उह करिआ ना भी आपां इहदा भी नीरा बना दईए। सारी गल्लबात करांगे ते नीरा दिखा दईए पहलां थोनू भी जिहड़ा इहदा अपना झोने दे पराली दा जिहड़ा नीरा बणाउंदे आ ते भाई किवें बता बनाउंदे आ, है ना। लै वधिया भाई नीरा भी यार पा लैणा दे ट्राली, आपां गल्लबात करदे आ बाई नाल। अभी बाई ना करदे आ गल, आपां रोक के रोक लो जी, दो मिंट बंद कर दो। बाई जी असीं कणक दा नीरा दा बणदा देखिआ सी, तुसीं आ झोने दी पराली दा नीरा बणाई जांदे हो। ਅੱਛਾ ਬਈ ਨੀਰੇ ਨਾਲ ਆਪਣਾ ਕਣਕ ਵਾਲਾ ਜਿਹੜਾ ਨੀਰਾ ਹੁੰਦਾ ਉਹਦੇ ਨਾਲ ਤਾਂ ਸਸਤੀ ਆ ਫਿਰ। ਹਾਂ ਉਹਦੇ ਨਾਲ ਤਾਂ ਸਸਤੀ, ਕਿਰਾਈ ਕਿਰਾਈ ਪੈਂਦੀ ਆ ਬਾਈ। ਠੀਕ ਹੈ, ਯਾਨੀ ਕਿ ਕਦਰ ਪੈ ਗਈ ਇਹਦੀ ਯਾਰ, ਹੈ ਨਾ ਪਰਾਲੀ ਦੀ। ਠੀਕ ਹੈ ਬਾਈ, ਪਿਛਲੇ ਸਾਲ ਪੂਰੀ ਪੈ ਗਈ ਹੈ, 2 ਸਾਲ ਦਾ ਤਾਂ ਪੂਰਾ ਸਾਨੂੰ ਟਾਈਮ ਨਹੀਂ ਮਿਲ ਰਿਹਾ। ਅੱਛਾ, ਪੂਰਾ ਖਿੱਚਵਾਂ ਸੀਜ਼ਨ ਹੁੰਦਾ ਜਿਵੇਂ ਕਣਕ ਵੇਲੇ ਹੁੰਦਾ ਹੈ। ਤੇ ਬਾਈ ਇਹ ਮਸ਼ੀਨ ਦਾ ਕੁਝ ਬਦਲਿਆ ਫਿਰ? ਮਸ਼ੀਨ ਦਾ ਜੀ ਇਹ ਆਪਣਾ ਝਾਰਨਾ ਬਦਲਿਆ ਜੀ। ਅੱਛਾ, ਕੱਲਾ ਝਾਰਨਾ ਬਦਲਿਆ ਜੀ, ਬਾਕੀ ਵਿਸ਼ਕਰਮਾ ਦੀ ਮਸ਼ੀਨ ਹੈ। ਵਿਸ਼ਕਰਮਾ ਦੀ ਪੁਰਾਣਾ ਮਾਡਲ ਹੀ ਹੈ ਨਾ ਬਾਈ? ਹਾਂ, 13 ਮਾਡਲ ਹੈ। ਅੱਛਾ, 13 ਮਾਡਲ ਹੈ। ਠੀਕ ਹੈ, ਯੰਡੀਅਰ 50-50 ਈ ਤੇ ਚੱਲਦੀ ਹੈ ਬਾਈ। ਤੇ ਬਾਈ ਦਬਦਾ ਤਾਂ ਨਹੀਂ ਹੈਗਾ ਯਾਰ, ਲਾਂਗੜ ਦਾ ਤਾਂ ਫਰਕ ਹੁੰਦਾ ਹੈ ਨਾ ਕਣਕ ਨਾਲ ਉਹਦਾ? ਇਹ ਤਾਂ ਜੇ ਕੋਈ ਗਿੱਲਾ ਹੋਵੇ ਉਹ ਤਾਂ ਦਬਦਾ ਜੀ। ਅੱਛਾ, ਹੁਣੀ ਕੋ ਦਬਣ ਦਬਣ ਵਾਲੀ ਤਾਂ ਗੱਲ ਹੀ ਨਹੀਂ। ਠੀਕ ਹੈ ਜੀ। ਅੱਛਾ, 2-3 ਸਾਲ ਹੋ ਗਏ ਤੁਹਾਨੂੰ ਕਰਦੇ ਨੂੰ? ਹਾਂਜੀ, 3 ਸਾਲ ਦਾ ਸਾਨੂੰ ਪੂਰੇ ਲਗਾਤਾਰ ਹੀ ਹੋ ਗਏ, ਪੂਰੇ ਵਧੀਆ ਬਣਿਆ ਨੂੰ। ਅੱਛਾ, ਅਸੀਂ ਤਾਂ ਦੇਖ ਕੇ ਹੈਰਾਨ ਹੋ ਗਏ ਯਾਰ ਵੀ ਆਹ ਨੀਰਾ ਬਣਾਈ ਜਾਂਦੇ ਇਹਦਾ ਹੈ ਵੀ, ਕਿਤੇ ਊ ਮਸ਼ੀਨ ਚੈੱਕ ਕਰਦੇ ਹੋਣ? ਨਾ ਨਾ ਚੈੱਕ ਨਹੀਂ ਕਰਦੇ, ਸਾਲ ਹੋ ਗਏ ਨਹੀਂ। ਚਲੋ ਵਧੀਆ ਗੱਲ ਆ ਬਾਈ, ਕਿਤੇ ਨਾ ਕਿਤੇ ਆਪਾਂ ਅੱਗੇ ਲਾਉਂਦੇ ਯਾਰ ਪਰਾਲੀ ਨੂੰ, ਇਹਦਾ ਤੁਸੀਂ ਵਧੀਆ ਉਹ ਕਰਿਆ ਹੈ ਨਾ। ਚਲੋ ਠੀਕ ਹੈ ਜੀ। ਹਾਂ ਠੀਕ ਹੈ, ਲੈ ਵੀ ਅਸੀਂ ਦੇਖ ਕੇ ਹੈਰਾਨ ਹੋਏ ਸੀ ਅਤੇ ਬਾਈ ਕਹਿੰਦਾ ਅਸੀਂ 3 ਸਾਲ ਹੋ ਗਏ ਕੰਮ ਕਰਦਿਆਂ ਨੂੰ। ਚਲੋ ਜੀ, ਅਸੀਂ ਤੁਹਾਨੂੰ ਬਣਦਾ ਵੀ ਦਿਖਾ ਦਿੰਦੇ ਹਾਂ ਫਿਰ ਕਿਵੇਂ ਬਣਾਉਂਦੀ ਆ, ਹੈ ਨਾ। ਅਸੀਂ ਤਾਂ ਹੈਰਾਨ ਹੋ ਗਏ ਸੀ ਯਾਰ ਵੀ ਕਿਤੇ ਚੈੱਕ ਚੁੱਕ ਨਾ ਕਰਦੇ ਹੁਣ, ਇਹਦਾ ਪਤੰਦਰ ਕਹਿੰਦੇ ਅਸੀਂ ਨੀਰਾ ਬਣਾਈ ਜਾਂਦੇ ਇਹਦਾ। ਲੈ ਵੀ ਦਬਦਾ ਨਹੀਂ ਝੋਟਾ, ਕਹਿੰਦੇ 50-50 ਈ ਹੈ ਜੌਂਡੀਅਰ ਵਾਲਾ ਦਾ, 13 ਮਾਡਲ ਵਿਸ਼ਕਰਮਾ ਮਸ਼ੀਨ ਹੈ। ਲੈ ਬਈ ਗਰਦਾ ਵੀ ਉਵੇਂ ਉੱਡਦਾ, ਉਹ ਫੀਲਿੰਗ ਦਵਾਉਂਦਾ ਕਿਵੇਂ ਜਿਵੇਂ ਕਿਵੇਂ ਤੂੜੀ ਬਣਾਉਣੇ ਹੁੰਦੇ ਕਣਕ ਵੇਲੇ, ਉਦੋਂ ਗਰਦ ਉੱਡਦੀ ਹੁੰਦੀ ਹੈ। ਲੈ ਵੀ ਜੇ ਵੀਡੀਓ ਵਧੀਆ ਲੱਗੀ, ਇਹ ਬਾਈ ਦਾ ਕੰਮ ਵਧੀਆ ਲੱਗਿਆ, ਤੁਹਾਨੂੰ ਲੱਗਿਆ ਯਾਰ ਵੀ ਆਪਣੇ ਅੱਗ ਲਾਉਣ ਨਾਲੋਂ ਵਧੀਆ ਸ਼ਾਇਦ ਜੇ ਆਪਣੇ ਪਸ਼ੂਆਂ ਨੂੰ ਪਾਉਣੀ ਆ ਤਾਂ ਆਪਾਂ ਕਰਾ ਸਕਦੇ ਹਾਂ, ਨਹੀਂ ਆਪਾਂ ਕਿਸੇ ਲੋੜਵੰਦ ਨੂੰ ਕਹਿ ਸਕਦੇ ਹਾਂ ਵੀ ਯਾਰ ਹੈ ਨਾ ਇਹਦਾ ਨੀਰਾ ਕਰਾ ਲਓ ਤੁਸੀਂ। ਨਹੀਂ ਹੱਥੀਂ ਝਾੜਦੇ ਆ ਬਾਈ ਜੀਰੀਆਂ, ਚਲੋ ਹੱਥੀਂ ਝੜੀ ਦੀ ਹੋਰ ਗੱਲ ਹੈ, ਪਰ ਜੇ ਮੈਨੂੰ ਇਹ ਲੱਗਦਾ ਵੀ ਇਹਦੇ ਰਾਹੀਂ ਜੇ ਆਪਾਂ ਇਹ ਨੀਰਾ ਕਰਾ ਕੇ ਪਾ ਦਈਏ ਤਾਂ ਇਹ ਵੀ ਬਹੁਤ ਵਧੀਆ ਗੱਲ ਹੈ, ਕਿਤੇ ਨਾ ਕਿਤੇ ਰੁਜ਼ਗਾਰ ਵੀ ਵਧਿਆ, ਕਿਤੇ ਨਾ ਕਦੇ ਆਪਾਂ ਪਰਾਲੀ ਆ ਜਿਹੜੀ ਇਹ ਕੰਮ ਆਉਣ ਲੱਗੀ ਹੈ ਯਾਰ। ਜੇ ਵੀਡੀਓ ਵਧੀਆ ਲੱਗੀ ਤਾਂ ਦੱਬ ਕੇ ਸ਼ੇਅਰ ਕਰ ਦਿਓ ਜੀ, ਪੇਜ ਨੂੰ ਫੋਲੋ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ।